ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਕਵਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਦਿੱਲੀ ਦੇ ਦਰਬਾਰ ਚੋਂ ਉੱਠਿਆ ਇੱਕ ਤੂਫਾਨ, ਚੌਹੀ ਪਾਸੇ ਬਣ ਗਿਆ ਜ਼ੋਰ ਜ਼ੁਲਮ ਪ੍ਰਧਾਨ। ਸੱਚ ਦੇ ਬੁਰਕੇ ਵਿੱਚ ਜਦ ਆਕੜ ਲਈ ਸ਼ੈਤਾਨ, ਖੁਸ਼ੀਆਂ ਕਿੱਧਰੇ ਨੱਸੀਆਂ, ਹੋ ਗਈ ਖਲਕ ਹੈਰਾਨ। ਪਾਪ ਨੇ ਹੱਥੀ ਆਪਣੀ ਖਿੱਚ ਲਈ ਕਿਰਪਾਨ, ਅੰਬਰ ਕਾਲਾ ਹੋ ਗਿਆ ਧਰਤੀ ਲਹੂ ਲਹਾਨ। ਕਿੱਕਲੀ ਪਾਈ ਮੌਤ ਨੇ ਲਾ ਕੇ ਮਾਰੂ ਤਾਨ, ਥਾਂ ਥਾਂ ਰੋਈਆਂ ਰੌਣਕਾਂ, ਹੱਸ ਪਏ ਸ਼ਮਸ਼ਾਨ। ਆ ਗਈ ਸੀ ਬਸ ਧਰਮ ਦੀ ਬੁੱਲਾਂ ਉੱਤੇ ਜਾਨ, ਬਾਹਾਂ ਸਰਾਣੇ ਰੱਖ ਕੇ ਸੀ ਸੌਂ ਚੁੱਕਾ ਭਗਵਾਨ। ਉੱਠ ਨਾ ਸਕਿਆ ਜਦ ਕੋਈ ਮੱਧ ਮੁੱਛ ਇਨਸਾਨ, ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂੰ ਆਨ। ਫੜ ਕੇ ਭੋਲੇ ਪਿਆਰ ਨੂੰ ਲੱਗ ਪਏ ਜਦ ਕੌਣ, ਬੱਕਰੇ ਵਾਂਗੂ ਇਸ਼ਕ ਦੇ ਡੱਕਰੇ ਲੱਗ ਪਏ ਹੋਣ। ਨਖਰੇ ਨੂੰ ਪਹਿਨਾ ਦਿੱਤੀ ਪੈਰਾਂ ਵਿੱਚ ਜੰਜੀਰ, ਕੈਦੀ ਕਰ ਲੈ ਹਿੰਸ ਨੇ ਕਲੀਆਂ ਜਿਹੇ ਸਰੀਰ। ਹੁਸਨ ਵਿਚਾਰਾ ਕੰਬਿਆ ਲੱਗਾ ਹੌਕੇ ਲੈਣ, ਅੱਖੀ ਛਲਕੇ ਅਥਰੂ ਚੀਰ ਕਲੇਜੇ ਪੈਣ। ਰੀਝਾਂ ਜ਼ਖਮੀ ਹੋ ਗਈਆਂ, ਆਸਾਂ ਹੋਈਆਂ ਚੂਰ, ਚਾਵਾਂ ਪਾਏ ਕੀਰ ਨੇ ਸ਼ੌਂਕ ਹੋਏ ਮਜਬੂਰ। ਰੂਹਾਂ ਨਿਗਲਣ ਵਾਸਤੇ ਮੂੰਹ ਅੱਡਿਆ ਤਲਵਾਰ, ਦਰਦ ਨਾ ਆਇਆ ਕਿਸੇ ਨੂੰ ਸੁਣ ਕੇ ਚੀਖ ਪੁਕਾਰ। ਵੱਸਣ ਨੂੰ ਤਾਂ ਵੱਸਦਾ ਸੀ ਸਾਰਾ ਹਿੰਦੁਸਤਾਨ, ਸੀ ਤੇਗ ਬਹਾਦਰ ਕਰਿਆ ਕਰੀ ਨਾ ਕਿਨੂੰ ਆਨ। ਪੰਡਿਤਾਂ ਦੀ ਫਰਿਆਦ ਸੁਣ ਦਿਲ 'ਚੋਂ ਉੱਠੀ ਚੀਸ, ਜਿਵ ਤਿਲਕ ਬਚਾ ਲਿਆ ਦੇ ਕੇ ਆਪਣਾ ਸੀਸ ਸੀਸ। ਆਪ ਤਾਂ ਬੇਸ਼ੱਕ ਹੋ ਗਿਆ ਟੁਕੜੇ ਟੁਕੜੇ ਚੰਦ, ਤਿੱਥੀ ਤੇਗ ਜਲਾ ਦੀ ਕੱਟ ਨਾ ਸਕੀ ਤੰਦ। ਕੁੜਦੀ ਕਾਲੀ ਰਾਤ 'ਚੋਂ ਨਿਕਲੀ ਲਾਲ ਲਕੀਰ, ਜ਼ੋਰ ਜ਼ੁਲਮ ਨੇ ਆਉਦਾ ਗਈ ਕਲੇਜਾ ਚੀਰ। ਉਸੇ ਹੜ੍ਹ ਵਿੱਚ ਰੁੜ ਗਈ ਉਹ ਖੂਨੀ ਸ਼ਮਸ਼ੀਰ, ਉਸੇ ਸੇਕ 'ਚ ਸੜ ਗਈ ਮੁਗਲਾਂ ਦੀ ਤਕਦੀਰ। ਜਦ ਤੱਕ ਹੋਸ਼ 'ਚ ਹੋਸ਼ ਹੈ, ਜਾਨ ਦੇ ਵਿੱਚ ਜਾਨ ਹੈ, ਤਦ ਤੱਕ ਚੇਤੇ ਰਹੇਗਾ ਇਹ ਸਾਨੂੰ ਅਹਿਸਾਨ। ਬਣ ਚੁੱਕਾ ਸੀ ਚਿਰਾਂ ਦਾ ਕੁੰਬੀ ਨਰਕ ਜਹਾਨ, ਤੇਗ ਬਹਾਦਰ ਸੀ ਕਰਿਆ ਕਰੂ ਨਾ ਕਿੰਨੀ ਆਨ। ਉਹਦੇ ਸਿੱਖ ਨਾ ਡੋਲੇ ਸਿਦਕ ਤੋਂ, ਮਸਤ ਰਹੇ ਹਰ ਰੰਗ, ਤਦ ਦੇ ਕੇ ਜਾਨਾ ਹੱਸ ਕੇ ਮੌਤ ਵੀ ਰਹਿ ਗਈ ਦੰਗ। ਭਰਮ ਸੀ ਜੋ ਤਜ਼ਰਬੇ ਨੂੰ ਹੋਇਆ ਦਿਲ 'ਚੋਂ ਦੂਰ, ਸਿੱਖ ਸ਼ਹੀਦਾਂ ਸਾਹਮਣੇ ਮਾਤ ਪਿਆ ਮਨਸੂਰ। ਮੂਸਾ ਨੇ ਜੋ ਵੇਖਿਆ ਚੜ੍ਹਕੇ ਉੱਪਰ ਤੌਰ, ਭਾਈ ਦਿਆਲੇ ਦੇਗ ਵਿੱਚ ਤੱਕਿਆ ਉਹੀਓ ਨੂਰ, ਕਰਕੇ ਸੱਚੇ ਸਾਹਿਬ ਦੇ ਭਾਣੇ ਨੂੰ ਮਨਜ਼ੂਰ। ਮਤੀ ਦਾਸ ਨੇ ਮਾਣਿਆ ਆਰੇ ਹੇਠ ਸਰੂਰ, ਮੁੱਕਦੀ ਮੁੱਕਦੀ ਮੁੱਕ ਗਈ ਦੋਹਾਂ ਵਿੱਚੋਂ ਜਾਨ, ਬੁੱਲਾਂ ਦੀ ਮੁਸਕਾਨ, ਭਗਤ ਉਹਨਾਂ ਦੇ ਹੋ ਗਏ ਸੂਰਬੀਰ ਕੁਰਬਾਨ। ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂੰ ਆਨ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।